ਮੌਕੇ ਮੋਗਾ ਦੇ ਬਦਨੀ ਕਲਾ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਹੈ। ਇਸ ਹਾਦਸੇ ਨਾਲ 3 ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਬਦਨੀ ਕਲਾ ਦੇ 3 ਨੌਜਵਾਨ ਕਿਸੇ ਪਾਰਟੀ ਲਈ ਜਗਰਾਓਂ ਗਏ ਹੋਏ ਸਨ। ਵਾਪਸ ਘਰ ਆਉਣ ਤੇ ਲਿੰਕ ਰੋਡ ਤੇ ਬਣੇ ਸਪੀਡ ਬ੍ਰੇਕਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਛੱਪੜ ਵਿੱਚ ਡਿੱਗ ਗਈ ਅਤੇ 3 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਧਰਮਿੰਦਰ ਸਿੰਘ, ਮੰਗਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਕ 2 ਨੌਜਵਾਨਾਂ ਦੀ ਲਾਸ਼ ਰਾਤ ਨੂੰ ਹੀ ਕੱਢ ਲਈ ਗਈ ਸੀ, ਜਦਕਿ 1 ਨੌਜਵਾਨ ਦੀ ਲਾਸ਼ ਸਵੇਰੇ ਮਿਲੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਆਰੰਭ ਦਿੱਤੀ ਹੈ। ਤੋਂ ਆ ਰਹੀ ਸੀਗੀ ਮਧੋ ਵਿੱਚ, ਚਲੋ ਉੱਥੇ ਪੁਲਿਸ ਤੋਂ ਰਾਸ ਕੀਤਾ ਇਹਨਾਂ ਨੇ, ਗੱਡੀ ਛੱਪੜ 'ਚ ਫੜ ਗਈ। ਅੱਛਾ, ਕਿੱਥੇ ਆਣ ਕੇ ਛੱਪੜ 'ਚ? ਬੁੱਟਰ। ਕਿੰਨੇ ਜਾਣੇ ਸੀਗੇ ਇਹ? 3 ਜਾਣੇ ਸੀ ਅਤੇ 2 ਦੀ ਮੌਤ ਹੋਈ ਉਹਦੇ ਮੌਕੇ 'ਤੇ, ਦੂਜੇ ਲੈ ਗਏ ਇਹਨੂੰ ਹਸਪਤਾਲ। 1 ਸਵੇਰੇ ਲੱਭਿਆ।